ਭਵਾਨੀਗੜ੍ਹ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੋਰਾਂ ਨੇ ਆਤੰਕ ਮਚਾ ਰੱਖਿਆ ਹੈ। ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਜਦੋਂ ਸਵੇਰੇ ਅਨਾਜ ਮੰਡੀ ਦੇ ਆੜ੍ਹਤੀ ਆਪਣੀਆਂ ਦੁਕਾਨਾਂ ਖੋਲ੍ਹਣ ਲੱਗੇ ਤਾਂ ਦੁਕਾਨਾਂ ਦੇ ਟੁੱਟੇ ਹੋਏ ਤਾਲੇ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਜਦੋਂ ਉਹਨਾਂ ਦੁਕਾਨਾਂ ਦੇ ਅੰਦਰ ਵੜ ਕੇ ਦੇਖਿਆ ਤਾਂ ਦੁਕਾਨਾਂ ਦੇ ਵਿੱਚ ਪਈਆਂ ਅਲਮਾਰੀਆਂ ਅਤੇ ਤਿਜੋਰੀਆਂ ਟੁੱਟੀਆਂ ਹੋਈਆਂ ਸਨ। ਚੋਰਾਂ ਵੱਲੋਂ ਪੂਰੀ ਤਰ੍ਹਾਂ ਤਹਿਸ ਨਹਿਸ ਕੀਤੀਆਂ ਹੋਈਆਂ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਦੇ ਹੱਥ ਕੁਝ ਵੀ ਨਹੀਂ ਲੱਗਿਆ। ਅਨਾਜ ਮੰਡੀ ਦੇ ਵਿੱਚ ਦਵਾਈਆਂ ਦੀ ਦੁਕਾਨ ਦੇ ਵਿੱਚੋਂ ਚੋਰ 10,000 ਰੁਪਏ ਚੋਰੀ ਕਰਕੇ ਲੈ ਗਏ। ਸ਼ਹਿਰ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਚੋਰਾਂ ਨੂੰ ਨੱਥ ਪਾਈ ਜਾਵੇ। ਭਵਾਨੀਗੜ੍ਹ ਤੋਂ ਮਨੋਜ ਸ਼ਰਮਾ, ਆਜ਼ਾਦ ਟੀਵੀ ਨਿਊਜ਼। ਕੀ ਪਤਾ ਲੱਗਿਆ ਕਿਸ ਤਰ੍ਹਾਂ ਚੋਰੀ ਹੋਈ? ਮੰਡੀ ਦੇ ਵਿੱਚ ਮਨੀਮ ਦਾ ਫੋਨ ਗਿਆ ਸੀ ਮੇਰੇ ਕੋਲ ਸਤਪਾਲ ਦਾ ਅਤੇ ਤੁਹਾਡੇ ਕਹਿੰਦਾ 14 ਦੇ ਕਰਨੇ ਜਿੱਦੇ ਟੁੱਟੇ ਪਏ ਨੇ। ਜਦੋਂ ਆ ਕੇ ਦੇਖੇ ਜਿੱਦੇ ਟੁੱਟੇ ਪਏ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ, ਪੇਟੀ ਥੋੜ੍ਹੀ ਪਈ ਸੀ, ਵਹੀ ਪੇਟੀ ਥੋੜ੍ਹੀ ਪਈ ਸੀ ਅਤੇ ਸਾਰੇ ਕਾਗਜ਼ ਪੱਤਰ ਖੜਾਏ ਪਏ ਸੀ। ਕਿੰਨੀਆਂ ਦੁਕਾਨਾਂ ਚੋਰੀ ਹੋਈ? ਇਹ 14 ਦੁਕਾਨਾਂ ਚੋਰੀ ਹੋਈ ਹੈ। ਆਪਣੇ ਕੀ ਕੁਛ ਭੰਨ ਕੇ ਗਏ ਨੇ? ਆਪਣੇ ਜੀ ਗੋਡੇ ਦੀ ਨਿਵਾਰੀ ਭੰਨ ਗਏ ਅਤੇ ਵਹੀ ਪੇਟੀ ਭੰਨ ਗਏ ਅਤੇ ਬਾਕੀ ਜਿੰਦਾ ਤੋੜ ਕੇ ਬਾਹਰ ਲਾ ਤੁਰਨ ਹੀ ਕਰਤਾ ਵਾਲੇ ਚੌਕੀਦਾਰ ਰੱਖੇ ਨੇ ਮੰਡੀ ਦੇ ਵਿੱਚ। ਅੱਛਾ ਜੀ। ਹਾਂ, ਚੌਕੀਦਾਰਾਂ ਦੀ ਕੋਈ ਉਹ ਨਹੀਂ ਹੈਗੀ ਇੱਥੇ ਰਾਖੀ ਹੈਗੀ ਮਾਰ ਕੇ, ਨਾ ਪੁਲਿਸ ਵਾਲੇ ਆਉਂਦੇ ਨੇ ਗੇੜਾ ਮਾਰ ਕੇ ਵਾਜਦੇ ਨੇ, ਕੋਈ ਇੱਥੇ ਲਾਪਰਵਾਹੀ ਹੈਗੀ? ਕੋਈ ਇੰਤਜ਼ਾਮ ਨਹੀਂ ਹੈਗਾ ਪੁਲਿਸ ਦਾ। ਲਤਾ ਜੀ, ਇਹ ਦੇਖੋ ਅੱਜ ਇਹ ਮੇਰਾ ਖਿਆਲ ਹੈ ਜੀ ਪਿਛਲੇ ਹਫ਼ਤੇ 'ਚੋਂ ਦੂਸਰੀ ਘਟਨਾ ਹੈ ਜਿਹੜੀ ਸ਼ਹਿਰ ਦੇ ਵਿੱਚ ਵੱਡੀ ਮਤਲਬ ਮਾਤਰਾ ਦੇ ਵਿੱਚ ਚੋਰੀਆਂ ਹੋਈਆਂ ਨੇ। ਜਿਸ ਤਰ੍ਹਾਂ ਕੋਈ ਗਰੋਹ ਸਰਗਰਮ ਹੋਏ ਹੁੰਦੇ ਨੇ, ਮਤਲਬ ਅੱਜ ਮੰਡੀ ਦੇ ਵਿੱਚ ਜਿਹੜਾ ਪੌਸ਼ ਇਲਾਕਾ ਕਹੀਏ ਸ਼ਹਿਰ ਦਾ, ਇਸ ਨਾਲੋਂ ਵਧੀਆ ਇਲਾਕਾ ਕੋਈ ਨਹੀਂ ਹੈ ਅਨਾਜ ਮੰਡੀ ਦਾ, ਔਰ ਪੂਰਾ ਖੁੱਲ੍ਹਾ ਏਰੀਆ 14 ਦੁਕਾਨਾਂ ਦੇ ਜਿੰਦੇ ਟੁੱਟਣਾ, ਇਹ ਇੱਕ ਸਵਾਲੀਆ ਨਿਸ਼ਾਨ ਹੈ ਪ੍ਰਸ਼ਾਸਨ 'ਤੇ ਔਰ ਮੌਜੂਦਾ ਸਰਕਾਰ 'ਤੇ ਜੀ। ਔਰ ਸਾਡੇ ਇੱਥੇ ਸਾਬਕਾ MLA ਵੀ ਬੈਠੇ ਔਰ ਵਿਜਿੰਦਰ ਸਿੰਗਲਾ ਜਿਹੜਾ ਕਿ ਕੈਬਨਿਟ ਮੰਤਰੀ ਹੈ, ਉਹਦਾ ਵੀ ਮਤਲਬ ਇਹ ਫਰਜ਼ ਬਣਦਾ ਵੀ ਇਹ ਪ੍ਰਸ਼ਾਸਨ ਦੀ ਢਿੱਲ ਕਿਉਂ? ਇੱਕ ਪਹਿਲੀ ਵਾਰਦਾਤ ਹੋਈ ਪਰਸੋਂ 'ਚੋਂ ਮੇਰੇ ਖਿਆਲ 5-4 ਦਿਨ ਪਹਿਲਾਂ ਹੀ ਬਾਜ਼ਾਰ ਦੇ ਵਿੱਚ ਜਿਹੜੀ 5 ਲੱਖ ਰੁਪਏ ਦੀ ਚੋਰੀ ਦੁਕਾਨ 'ਚੋਂ ਹੋਈ ਉਹ ਬੰਦੇ ਦੇ, ਉਸ ਦੇ ਉੱਤੇ ਕੋਈ ਗੌਰ ਹੀ ਨਹੀਂ ਕੀਤੀ? ਜੇ ਉਸੇ ਸਮੇਂ ਅਸੀਂ ਅਲਰਟ ਹੋ ਜਾਂਦੇ ਜਾਂ ਪ੍ਰਸ਼ਾਸਨ ਜਾਂ ਉਰੇ ਮੌਜੂਦਾ DSP ਬੈਠਾ, ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿਹੜੇ ਲੋਕ ਨੇ ਇਹ ਵੀ ਇਸ ਤਰ੍ਹਾਂ ਸ਼ਹਿਰ ਦੇ ਵਿੱਚ। ਅੱਜ ਜਿੰਨੇ ਵੀ ਇਲਾਕੇ ਦੇ ਲੋਕ ਨੇ ਵੀ ਜਦੋਂ ਇਸ ਇਲਾਕੇ 'ਚ ਚੋਰੀ ਹੋ ਸਕਦੀ ਹੈ, ਪੂਰੇ ਸ਼ਹਿਰ ਦੇ ਜਾਂ ਇਲਾਕੇ ਦੇ ਲੋਕ ਡਰੇ ਹੋਏ ਨੇ, ਪ੍ਰਸ਼ਾਸਨ ਕਿੱਥੇ ਸੁੱਤਾ ਪਿਆ? ਇਹ ਕਿਤੇ ਨਾ ਕਿਤੇ ਸਰਕਾਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਹਨਾਂ ਦੇ ਪ੍ਰਸ਼ਾਸਨ 'ਤੇ ਸਰਕਾਰ 'ਤੇ ਇੱਕ ਸਵਾਲੀਆ ਨਿਸ਼ਾਨ ਹੈ। ਕੀ ਦੇਖਿਆ ਤੁਸੀਂ ਆ ਕੇ? ਕਿੰਨੇ? ਅਸੀਂ ਇੱਥੇ ਆ ਕੇ ਦੇਖਿਆ ਜੀ 8 ਦੁਕਾਨਾਂ ਦੇ ਤਕਰੀਬਨ ਤਾਲੇ ਟੁੱਟੇ ਹੋਏ ਸੀ ਜੀ। ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ, ਨੁਕਸਾਨ ਸਿਰਫ ਇਹੀ ਹੋਇਆ ਵੀ ਉਹਨਾਂ ਨੇ ਸੇਫ ਦੇ ਅਤੇ ਆਪਣੇ ਜਿਹੜੇ ਗੱਲੇ ਸੀਗੇ ਉਹਨਾਂ ਦੇ ਤਾਲੇ ਤੂਲੇ ਤੋੜੇ ਹੋਏ ਆ, ਉਹ ਕਿਸੇ ਚੀਜ਼ ਨਾਲ ਸਰੀਏ ਨਾਲ ਜਾਂ ਡਾਈ ਨਾਲ ਉਹ ਤੋੜੇ ਹੋਏ ਨੇ ਅਤੇ ਨੁਕਸਾਨ ਕੋਈ ਨਹੀਂ ਹੋਇਆ। ਹੋਰ ਅੱਛਾ, ਇੱਕ ਦੁਕਾਨ ਹੈਗੀ ਆ ਦਵਾਈਆਂ ਦੀ, 92 ਨੰਬਰ ਦੁਕਾਨ, ਉਹਦੇ ਵਿੱਚੋਂ ਉਹ ਮਾਲਕ ਕਹਿੰਦਾ ਵੀ ਮੇਰਾ 10,000 ਰੁਪਇਆ ਕੈਸ਼ ਪਿਆ ਸੀ ਉਹ ਲੈ ਗਏ, ਹੋਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਜੀ। ਅਤੇ ਹੁਣ ਆਪਾਂ ਅੱਗੇ ਕੀ ਕਰ ਰਹੇ ਕਰ ਰਹੇ? ਇਹ ਅੱਗੇ ਇਹਨਾਂ ਨੂੰ ਮੈਂ ਚੌਕੀਦਾਰਾਂ ਨੂੰ ਲੈ ਕੇ ਚੱਲਿਆ ਜੀ, ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਜਿਵੇਂ ਅਫਸਰਾਂ ਦਾ ਹੁਕਮ ਹੋਊਗਾ ਜੀ, ਉਸ ਤਰ੍ਹਾਂ ਆਪਾਂ ਘਰ। ਜਗਰਾਜ ਸਿੰਘ ਜੀ, ਜਗਰਾਜ ਜੀ, ਕਿੰਨਾ ਕੁ ਚੋਰੀ ਹੋਈ ਹੈ, ਕੀ ਮਾਮਲਾ ਹੋਇਆ? ਚੋਰੀ ਤਕਰੀਬਨ 10,000 ਰੁਪਇਆ ਕੈਸ਼ ਸੀਗਾ ਜੀ ਗੱਲੇ ਦੇ ਵਿੱਚ। ਅੱਛਾ, ਹਾਂਜੀ, ਸਾਨੂੰ ਇੱਥੋਂ ਫੋਨ ਗਿਆ ਸੀਗਾ ਜੀ ਸਾਡੇ ਆੜ੍ਹਤੀਆਂ ਦਾ ਵੀ ਤੁਹਾਡੀ ਦੁਕਾਨ 'ਤੇ ਚੋਰੀ ਹੋ ਗਈ, ਅਤੇ ਅਸੀਂ ਆਏ ਹਾਂ ਮੈਂ ਅਤੇ ਕਰਮਜੀਤ, ਅਸੀਂ ਆ ਕੇ ਦੇਖਿਆ, ਉਸ ਤੋਂ ਬਾਅਦ ਸਾਡੇ ਕਿਹਾ ਸਾਡਾ ਸ਼ੀਸ਼ਾ ਉਹ ਲੋਕ ਟੁੱਟਿਆ ਹੋਇਆ ਸੀਗਾ, ਸ਼ਟਰ ਦਾ ਲੋਕ ਤੋੜ ਕੇ ਉਹ ਰੱਖਿਆ ਸੀਗਾ, ਸ਼ੀਸ਼ੇ ਦਾ ਲੋਕ ਤੋੜ ਕੇ, ਗੱਲੇ ਦੇ ਲੋਕ ਤੋੜ ਕੇ, ਗੱਲੇ ਦੇ ਵਿੱਚ ਜਿਹੜੀ 10,000 ਰੁਪਇਆ ਪੇਮੈਂਟ ਸੀਗੀ ਉਹ ਲੈ ਗਏ। ਤਾਂ ਕੀ ਲੱਗਦਾ ਡਰ ਪਾਇਆ ਜਾ ਰਿਹਾ ਹੁਣ ਤੁਹਾਡੇ ਜਿਵੇਂ ਚੋਰੀਆਂ ਹੋ ਰਹੀਆਂ? ਬਿਲਕੁਲ ਜੀ,